8 अगस्त नूं रिलीज़ हो रही निर्देशक मनमोहन सिंह दी पंजाबी फिल्म आगे मुंडे यूके दे प्रचार लई फिल्म दा नायक जिमी शेरगिल अते नायिका नीरू बाजवा अमृतसर विखे पहुंचे। इस मौके जिमी शेरगिल ने दस्या कि यह फिल्म जिथे दर्शकों का मनोरंजन करेगी उत्थे ही उन्हां नूं एक सुनेहा भी देवेगी। जिमी ने दस्या कि कुछ साल पहला निर्देशक मनमोहन सिंह ने मुंडे यूके दे नां दी फिल्म बनाई सी ਅਤੇ ਇਹ ਉਸਦੀ ਅਗਲੀ ਕੜੀ ਹੈ ਪਰ ਇਸ ਫਿਲਮ ਵਿੱਚ ਕਹਾਣੀ ਬਿਲਕੁਲ ਨਵੀਂ ਹੈ। ਫਿਲਮ ਦੀ ਨਾਇਕਾ ਨੀਰੂ ਬਾਜਵਾ ਨੇ ਕਿਹਾ ਕਿ ਦਰਸ਼ਕ ਇਸ ਵਾਰ ਫਿਰ ਉਸ ਨੂੰ ਇੱਕ ਨਵੇਂ ਕਿਰਦਾਰ ਵਿੱਚ ਦੇਖਣਗੇ। ਸਾਡੀ ਫਿਲਮ ਆ ਰਹੀ ਹੈ ਜੀ ਮੁੰਡੇ ਯੂਕੇ ਦੇ, ਇਹ 8 ਅਗਸਤ ਨੂੰ ਵਰਲਡ ਵਾਈਡ ਰਿਲੀਜ਼ ਹੋ ਰਹੀ ਹੈ ਜੀ। ਯਸ਼ਰਾਜ ਫਿਲਮਸ ਇਸ ਫਿਲਮ ਨੂੰ ਰਿਲੀਜ਼ ਕਰ ਰਹੀ ਹੈ। ਜ਼ੀ ਮਿਊਜ਼ਿਕ ਦਾ ਮਿਊਜ਼ਿਕ ਹੈ ਜੀ ਇਸ ਵੇਲੇ ਇਸ ਫਿਲਮ ਦਾ, ਅਤੇ ਸਾਰੀ ਕਾਸਟ ਜਿਹੜੀ ਹੈਗੀ ਹੈ ਜੀ ਸਾਡੀ ਟੀਮ ਸੇਮ ਹੀ ਹੈ ਜੀ ਮੁੰਡੇ ਯੂਕੇ ਵਾਲੀ। ਮਨਮੋਹਨ ਸਿੰਘ ਜੀ ਨੇ ਡਾਇਰੈਕਟ ਕੀਤਾ ਜੀ ਇਹਨੂੰ। ਸਨੀ ਤ੍ਰਿਹਾਨ ਜਿਹੜੇ ਹੈਗੇ ਨੇ ਉਹ ਨਵੇਂ ਪ੍ਰੋਡਿਊਸਰ ਨੇ ਜੀ ਇਸ ਫਿਲਮ ਦੇ, ਕਿਉਂਕਿ ਪਹਿਲੀ ਵਾਲੀ ਦੇ ਪ੍ਰੋਡਿਊਸਰ ਜਿਹੜੇ ਸੀਗੇ ਕਮਲ ਮੁਕੁੜ ਜੀ ਸੀਗੇ। ਅਤੇ ਇਹਦੇ ਵਿੱਚ ਤੁਹਾਨੂੰ ਓਮਪੁਰੀ ਸਾਹਿਬ ਵੀ ਵੇਖਣ ਨੂੰ ਮਿਲਣਗੇ, ਗੁੱਗੂ ਗਿੱਲ ਸਾਹਿਬ ਅਤੇ ਆਪਣਾ ਨਵਨੀਤ ਨਿਸ਼ਾਨ। ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ, ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।